ਉਹਨੂੰ ਪਤਾ ਹੀ ਨਹੀਂ ਕੰਮ ਕਿਵੇਂ ਕਰਾਇਆ ਜਾਂਦਾ ਹੈ, ਪੈਸਾ ਦੱਬ ਕੇ ਲੁੱਟ ਰਹੀ ਹੈ ਉਹ। 75% ਤਾਂ ਇਹ ਜਿਹੇ MLA ਆ ਜਿਹਨਾਂ ਨੂੰ MLA ਦਾ ਹਜੇ ਤੱਕ ਮਤਲਬ ਹੀ ਨਹੀਂ ਸਮਝ ਆਇਆ, ਨਾ ਉਹਨਾਂ ਨੂੰ ਸਮਝ ਆਇਆ ਕਿ MLA ਦੀ ਕੁਰਸੀ ਤੇ ਬੈਠ ਕੇ ਕੰਮ ਕੀ ਕਰਨਾ ਹੈ। ਕਿਉਂਕਿ ਇਹ ਬਾਹਰੋਂ ਨਹੀਂ ਆਏ ਲੋਕ, ਇਹ ਸਾਡੇ ਚੋਂ ਚੋਰ ਗਏ ਹੋਏ ਆ, ਉਹ ਸਾਡੇ ਚੋਰ BJP 'ਚ ਗਏ ਆ, ਉਹ ਸਾਡੇ ਚੋਰ ਆਪ 'ਚ ਗਏ ਆ। ਬੜੀ ਦੇਰ ਬਾਅਦ ਨਿਊ ਅੰਮ੍ਰਿਤਸਰ ਦੀ ਜਿਹੜੀ ਲੇਡੀਜ਼ ਦੀ ਟੀਮ ਹੈ ਉਹਨਾਂ ਨੂੰ ਮਿਲ ਰਹੀ ਹਾਂ, ਪਰਿਵਾਰ ਦੀ ਤਰ੍ਹਾਂ ਹੀ ਰਹੇ ਹਾਂ ਹਮੇਸ਼ਾ। ਤਾਂ ਸ਼ਿਵਾਨੀ ਨੇ ਇੰਨਾ ਅੱਛਾ ਪ੍ਰੋਗਰਾਮ ਔਰਗਨਾਈਜ਼ ਕੀਤਾ, ਤਾਂ ਮੇਰੀ ਬੇਟੀ ਨੇ ਆਉਣਾ ਸੀਗਾ, ਪਰ ਮੈਂ ਕਿਹਾ ਨਹੀਂ ਮੈਂ ਚੱਲਦੀ ਹਾਂ ਕਿਉਂਕਿ ਮੈਨੂੰ ਤਾਂ ਕੁਛ ਹੋਇਆ ਹੀ ਨਹੀਂ ਹੈ, ਮੈਂ ਮੰਨਦੀ ਨਹੀਂ ਕਿ ਮੈਂ ਬਿਮਾਰ ਹਾਂ। ਸੋ ਇਸ ਲਈ ਮੇਰਾ ਮੈਨੂੰ ਲੱਗਦਾ ਕਿ ਡਾਕਟਰ ਹੋਣ ਦੇ ਨਾਤੇ ਮੇਰਾ ਇੱਕ ਬਹੁਤ ਵੱਡਾ ਮੈਸੇਜ ਹੈ ਸਾਰੇ ਲੋਕਾਂ ਨੂੰ ਕਿ ਬਿਮਾਰੀ ਨੂੰ ਆਪਣੇ ਨਾਲ ਚਮੇੜ ਕੇ ਨਹੀਂ ਰੱਖੀਦਾ। ਕਿਉਂਕਿ ਐਜ਼ ਅ ਡਾਕਟਰ ਮੈਂ ਹਮੇਸ਼ਾ ਸਭ ਨੂੰ ਕਿਹਾ ਹੈ ਕਿ ਕੁਛ ਅੰਗ ਜਦੋਂ ਖਰਾਬ ਹੋ ਜਾਂਦਾ ਉਹਨੂੰ ਬਾਹਰ ਕੱਢ ਦਿੰਦੇ ਆ, ਤਾਂ ਤੁਸੀਂ ਆਪਣੇ ਦਿਮਾਗ ਨੂੰ ਆਪਣੇ ਦਿਲ ਨੂੰ ਸਟਰੋਂਗ ਰੱਖੋ ਕਿ ਡਰ ਕੇ ਘਰੇ ਬੈਠਣ ਨਾਲ ਕੁਛ ਨਹੀਂ ਹੋਣਾ। ਪਰਮਾਤਮਾ ਨੇ ਨਾ ਤਾਂ ਆਪਾਂ ਨੂੰ ਪਿਛਲੇ ਪਲ 'ਚ ਫਿਕਰ ਕਰਕੇ ਕੁਛ ਦਿਨ ਹੈ, ਨਾ ਅਗਲੇ ਪਲ ਦਾ ਫਿਕਰ ਕਰਕੇ ਕੁਛ ਦਿਨ ਹੈ, ਤਾਂ ਆਹੀ ਪਲ ਦਿੱਤਾ ਹੈ। ਅਤੇ ਇਹੀ ਪਲ ਦੇ ਵਿੱਚ ਮੇਰੀ ਚੋਇਸ ਤਾਂ ਇਹ ਹੈ ਕਿ ਮੈਂ ਬਹੁਤ ਖੁਸ਼ ਰਹਾਂ ਅਤੇ ਮੈਂ ਮਸਤ ਰਹਾਂ ਅਤੇ ਮੈਂ ਮਸਤੀ ਕਰ ਰਹੀ ਹਾਂ। ਦੇਖੋ ਉਸ ਤੋਂ ਬੁਰੀ ਗੱਲ ਹੋ ਨਹੀਂ ਸਕਦੀ, ਅੱਜ ਤੀਆਂ ਦਾ ਦਿਨ ਹੈ, ਉਸ ਤੋਂ ਸ਼ਰਮਨਾਕ ਹਿੰਦੁਸਤਾਨ ਲਈ ਕੋਈ ਗੱਲ ਨਹੀਂ ਹੋ ਸਕਦੀ। ਮੈਂ ਕਿਸੇ ਨੂੰ ਬਲੇਮ ਕਰਦੇ ਬਿਨਾਂ ਮੈਂ ਕਹਿੰਦੀ ਹਾਂ ਕਿ ਅੱਜ ਸਾਡੇ ਸਾਰਿਆਂ ਦਾ ਸਰ ਸ਼ਰਮ ਨਾਲ ਚੁੱਕਿਆ ਹੋਇਆ, ਚਾਹੇ ਉਹ ਪੁਲਿਸ ਹੋਵੇ, ਚਾਹੇ ਉਹ ਲੀਡਰ ਹੋਣ, ਚਾਹੇ ਉਹ ਲੋਕਲ ਬੰਦੇ ਹੋਣ, ਜਿਹੜੇ ਬੰਦਿਆਂ ਨੇ ਉਹ ਕੀਤਾ, ਮਤਲਬ ਉਹਨਾਂ ਦਾ ਖੂਨ ਕਿੱਥੇ ਹੈ? ਮਤਲਬ ਹਿੰਦੁਸਤਾਨ ਦਾ ਆਹ ਖੂਨ ਹੈ। ਮੈਨੂੰ ਇਸ ਗੱਲ 'ਤੇ ਮੈਂ ਸ਼ਰਮਿੰਦਾ। ਪਤਾ ਕੀ ਹੈ, ਉਹ ਨਵੀਂ ਜਦੋਂ ਹਨੇਰੀ ਚੱਲਦੀ ਹੈ ਨਾ, ਅਤੇ ਉਦੋਂ ਉਹਨਾਂ ਕੋਲ ਕੈਂਡੀਡੇਟਸ ਵੀ ਨਹੀਂ ਸੀਗੇ। ਹਨੇਰੀ ਚੱਲੀ ਸੀ ਜਿਹੜੀ, ਉਹ ਚੱਲੀ ਸੀਗੀ ਇਮਾਨਦਾਰੀ ਦੀ, ਕਿਉਂਕਿ ਲੋਕ ਪਿਛਲੇ ਬੰਦਿਆਂ ਤੋਂ ਬਹੁਤ ਤੰਗ ਹੋ ਚੁੱਕੇ ਸੀਗੇ। ਅਤੇ ਅਸੀਂ ਆਪਣੀਆਂ ਸਫਾਈਆਂ ਨਹੀਂ ਕੀਤੀਆਂ, ਜਾਂ ਤਾਂ ਸਾਡੀਆਂ ਪਾਰਟੀਆਂ ਸਫਾਈਆਂ ਕਰ ਲੈਂਦੀਆਂ ਤਾਂ ਅਸੀਂ ਦਿਖਾ ਦਿੰਦੇ ਵੀ ਅਸੀਂ ਚੋਰ ਕੱਢਤੇ, ਅਸੀਂ ਅੱਛੇ ਬੰਦੇ ਅੱਗੇ ਲੈ ਕੇ ਆ ਰਹੇ ਹਾਂ, ਤਾਂ ਹਨੇਰੀ ਨਾ ਵਗਦੀ। ਹੁਣ ਜਦੋਂ ਹਨੇਰੀ ਵਗੀ ਤਾਂ ਸਾਰਿਆਂ ਦੀ ਲੋਟਰੀ ਲੱਗ ਗਈ, ਹੁਣ ਉਹ ਸਾਰਿਆਂ ਦੀ ਲੋਟਰੀ ਲੱਗ ਗਈ ਤਾਂ ਉਹਨਾਂ 'ਚੋਂ 75% ਇਹੋ ਜਿਹੇ MLA ਆ ਜਿਹਨਾਂ ਨੂੰ MLA ਦਾ ਹਜੇ ਤੱਕ ਮਤਲਬ ਹੀ ਨਹੀਂ ਸਮਝ ਆਇਆ, ਨਾ ਉਹਨਾਂ ਨੂੰ ਸਮਝ ਆਇਆ ਕਿ MLA ਦੀ ਕੁਰਸੀ 'ਤੇ ਬੈਠ ਕੇ ਕੰਮ ਕੀ ਕਰਨਾ। ਠੀਕ ਹੈ ਨਾ? ਸੋ ਇਹਦੇ ਵਿੱਚ ਕਰਪਟ ਵੀ ਆਏ, ਕਿਉਂਕਿ ਇਹ ਬਾਹਰੋਂ ਨਹੀਂ ਆਏ ਲੋਕ, ਇਹ ਸਾਡੇ 'ਚੋਂ ਚੋਰ ਗਏ ਹੋਏ ਆ, ਉਹ ਸਾਡੇ ਚੋਰ BJP 'ਚ ਗਏ ਆ, ਉਹ ਸਾਡੇ ਚੋਰ ਆਪ 'ਚ ਗਏ ਆ। ਸੋ ਇਹ ਆਪਸ 'ਚ ਕੀ ਹੁੰਦਾ ਹੈ ਕਿ ਅੱਜ ਕੱਲ੍ਹ ਜਿਹੜਾ ਧੰਦਾ ਬਣ ਗਿਆ ਨਾ ਪੋਲੀਟਿਕਸ, ਕਿ ਤੁਸੀਂ ਇੱਕ ਜਿੱਤਣਾ ਹੈ, ਤੁਸੀਂ ਅੱਜ ਪਾਰਟੀ ਆ ਛੱਡ ਕੇ ਸਾਨੂੰ ਸਾਡੇ ਕਹਿੰਦੇ ਉੱਥੇ ਚਲੇ ਜਾਓ, ਉੱਥੇ ਚਲੇ ਜਾਓ, ਕਿਉਂ ਚਲੇ ਜਾਓ? ਸਾਡੀ ਪਾਰਟੀ ਹਾਰ ਗਈ, ਅਸੀਂ ਘਰੇ ਬੈਠੇ, ਅਸੀਂ ਓਨ ਕਰਦੇ ਹਾਂ ਵੀ ਸਾਡੀ ਪਾਰਟੀ ਹਾਰੀ ਹੈ। ਪਰ ਕਿਤੇ ਹੋਰ ਜੰਪ ਕਰਕੇ ਕਿਸੇ ਤੋਂ ਕੁਛ ਖੋਹ ਲੈਣਾ, ਉਹ ਮਤਲਬ ਨਹੀਂ ਹੁੰਦਾ। ਇਹ ਹੁੰਦਾ ਹੈ ਕਿ ਤੁਸੀਂ ਕੁਰਸੀ 'ਤੇ ਬੈਠ ਕੇ ਕਿੰਨਾ ਕੰਮ ਕਰ ਸਕਦੇ ਹੋ। ਹੁਣ ਮੇਰੇ ਅੰਮ੍ਰਿਤਸਰ ਈਸਟ 'ਚ ਲੋਕਾਂ ਨੂੰ ਐਨ ਪਰਦਾ ਸਾਫ਼ ਹੋ ਗਿਆ ਬਈ ਉਹ ਕਿੰਨਾ ਕੁ ਉਹਦਾ ਕੈਲੇਬਰ ਹੈ, ਉਹ ਜਨਾਨੀ ਨੇ ਕਿੰਨਾ ਕੰਮ ਕੀਤਾ, MLA ਨੇ ਉਹ ਮੇਰੇ ਪੁਰਾਣੇ ਜਿਹੜੇ ਹੈਗੇ ਆ ਉਹੀ ਕੰਮ ਉਹਨਾਂ ਦੀ ਉਦਘਾਟਨ ਕਰੀ ਜਾ ਰਹੀ ਹੈ, ਉਹਨੂੰ ਪਤਾ ਹੀ ਨਹੀਂ ਕੰਮ ਕਿਵੇਂ ਕਰਾਇਆ ਜਾਂਦਾ ਹੈ, ਪੈਸਾ ਦੱਬ ਕੇ ਲੁੱਟ ਰਹੀ ਹੈ, ਉਹ ਖੁੱਲ੍ਹੇਆਮ ਚੱਲ ਰਿਹਾ, ਕੋਈ ਗੱਲ ਨਹੀਂ, ਉਹ ਕੰਮ ਰੋਕਦੀ ਹੈ, ਪੈਸਾ ਲੈਂਦੀ ਹੈ, ਕੰਮ ਚਲਾਉਂਦੀ ਹੈ, ਰੈਜ਼ੀਡੈਂਸ਼ੀਅਲ ਏਰੀਆ 'ਚ ਹੋਟਲ ਬਣਵਾ ਰਹੀ ਆਪਣੇ ਸਾਈਨ ਕਰਕੇ, ਉਹਨਾਂ ਨੂੰ ਆਉਂਦਾ ਹੀ ਨਹੀਂ। ਐਜ਼ MLA ਤੁਸੀਂ ਕੰਮ ਕੀ ਕਰਨੇ ਆ ਨਾ, ਅਤੇ ਬਹੁਤ ਭਾਰੀ ਪੈਣ ਵਾਲਾ। ਤਾਂ ਉਹਨਾਂ 'ਚੋਂ ਚੰਗੇ ਲੋਕ ਵੀ ਹੈਗੇ ਜਿਹੜੇ ਚੰਗੇ ਕੰਮ ਕਰ ਰਹੇ ਆ। ਮੈਂ ਖੁਸ਼ ਹਾਂ ਕਿ ਥੋੜ੍ਹੀ ਜਿਹੀ ਨੀਟਨੈਸ ਹੋ ਰਹੀ ਹੈ, ਮੈਂ ਅੱਜ ਖੁਸ਼ ਹਾਂ। ਜਿਹੜਾ ਉਹਨਾਂ ਨੇ ਮੇਨ ਕਿਹਾ ਹਾਈਵੇਜ਼ 'ਤੇ 5,000 ਬੰਦੇ ਇੰਪਲੋਏ ਹੋਣਗੇ, ਕਿਉਂਕਿ ਇਹ ਮੇਰੀ ਹਰ ਚੀਫ ਮਿਨਿਸਟਰ ਕੋਲ ਪਹਿਲੀ ਚਿੱਠੀ ਗਈ ਹੈ ਕਿ ਜਦੋਂ ਮੈਂ ਹਾਈਵੇ 'ਤੇ ਜਾਂਦੀ ਹਾਂ, ਡਰੰਕ ਲੋਕ ਓਵਰਟੇਕ ਕਰ ਰਹੇ ਹੁੰਦੇ, ਮੈਨੂੰ ਦਿਖ ਰਿਹਾ ਹੁੰਦਾ ਕਿ ਬੰਦੇ ਅੱਗੇ ਜਾ ਕੇ ਮਰਨਗੇ, ਅੱਗੇ ਜਾ ਕੇ ਕਾਰ ਕ੍ਰੈਸ਼ ਕਰਦੀ ਹੈ, ਪਰ ਉਹ ਸਾਡੇ 'ਚ ਵੀ ਕਰਦੀ ਹੈ। ਸੋ ਮੈਂ ਚਾਹੁੰਦੀ ਹਾਂ ਕਿ ਹਾਈਵੇਜ਼ ਦੇ ਉੱਤੇ ਇੱਕ ਪੁਲਿਸ ਹੋਵੇ ਜਿੱਥੇ ਬਹੁਤ ਸਟ੍ਰਿਕਟ ਤੁਹਾਡੀ ਚੈਕਿੰਗ ਹੋਵੇ, ਦਾਰੂ ਪੀ ਕੇ ਨਾ ਕਰਾਓ, ਗਲਤ ਨਾ ਕਰਾਓ, ਗਲਤ ਨੰਬਰ 'ਤੇ ਨਾ ਹੋ। ਸੋ ਲੋਕਾਂ ਨੂੰ, ਜਨਾਨੀਆਂ ਨੂੰ ਹੌਸਲਾ ਮਿਲੇਗਾ ਕਿ ਜਗ੍ਹਾ ਜਗ੍ਹਾ 'ਤੇ ਪੁਲਿਸ ਖੜੀ ਹੈ। ਸੋ ਦੈਟ ਇਜ਼ ਅੱਛਾ, ਗੱਲਾਂ ਵੀ ਹੋ ਰਹੀ ਹੈ, ਪਰ ਆਹ ਵੀ ਮਾੜੀ ਗੱਲ ਸੀ ਵੀ ਜਨਾਨੀ ਦੇ ਨਾਮ 'ਤੇ ਠੇਕਾ ਖੋਲਤਾ। ਇਹ ਪੰਜਾਬ ਦਾ ਕਲਚਰ ਨਹੀਂ ਹੈ। ਉਹ ਤਿੰਨ ਨਹੀਂ, ਉਹ ਉਤਾਰਤਾ ਉਹਨਾਂ ਦੇ ਬੋਰਡ, ਉਹਨੇ ਤਾਂ ਸੋਚਿਆ ਸੀ ਵੀ ਮੈਂ ਵੀ ਬੜੀ ਪੀਂਦਾ, ਚਲੋ ਬੀਬੀਆਂ ਵੀ ਖੁੱਲ੍ਹ ਕੇ ਪੀ ਲੈਣਗੀਆਂ। ਸੋ ਉਹ ਦਾਰੂ ਨੂੰ ਬੜੀ ਫੇਵਰ ਕਰਦਾ ਹੈ, ਪਰ ਇਹ ਗੱਲ ਠੀਕ ਨਹੀਂ ਹੈ, ਬਿਕੋਜ਼ ਇਹ ਸਾਡੇ ਕਲਚਰ ਦੇ ਅਗੇਂਸਟ ਹੈ, ਪੰਜਾਬੀ ਕਲਚਰ ਨਹੀਂ ਅਲਾਊਗਾ। ਮੈਂ ਫੀਮ ਦੀ ਖੇਤੀ ਦੇ ਹਮੇਸ਼ਾ ਫੌਰ ਹਾਂ, ਹਿਮਾਚਲ ਸਰਕਾਰ ਨੇ ਲੈ ਲਿਆ, ਵੈਸਟ ਬੰਗਾਲ ਨੇ ਲੈ ਲਿਆ, ਸਾਡਾ ਕਿਸਾਨ ਕਦੇ ਵੀ ਕਰਜ਼ੇ 'ਤੇ ਮੁਕਤ ਨਹੀਂ ਹੋਏਗਾ, ਹਮੇਸ਼ਾ ਪਰੇਸ਼ਾਨ। ਹੁਣ ਕੀ ਹੋਇਆ, ਡੁੱਬ ਗਈ ਨਾ ਸਾਰੀ। ਅਤੇ ਜੇ ਮੈਂ ਤੁਹਾਨੂੰ ਕਿਹਾ ਲੋਕਲ ਵੇਚਣ ਹੀ ਨਹੀਂ ਦੇਣੀ, 35 ਵਰਾਈਟੀਆਂ ਹੈ। ਮੈਂ ਅੱਜ, ਮੇਰਾ ਕੈਂਸਰ ਦਾ ਇਲਾਜ ਚੱਲ ਰਿਹਾ, ਮੈਂ ਯਮੁਨਾਨਗਰ ਜਾਂਦੀ ਹਾਂ, ਮੇਰੇ ਮੋਫਿਨ ਦਾ ਟੀਕਾ ਲੱਗਦਾ ਜਦੋਂ ਮੈਨੂੰ ਦਰਦ ਜ਼ਿਆਦਾ, ਇੱਥੇ ਮੋਫਿਨ ਬੈਂਡ ਹੈ। ਮੈਂ ਤੁਹਾਨੂੰ ਕੀ ਕਹਾਣੀ ਪਾ ਰਹੀ ਹਾਂ ਵੀ ਇਹਦੇ 'ਚ 35 ਵਰਾਈਟੀਆਂ ਇਹੋ ਜਿਹੀਆਂ ਜਿਹੜੀਆਂ ਕਿਸਾਨਾਂ ਨੂੰ ਲਖਪਤੀ ਬਣਾ ਦੇਣਗੀਆਂ। ਕਿਹਨੇ ਕਿਹਾ, ਜਦੋਂ ਤੱਕ ਫੀਮ ਖਾਂਦਾ ਸੀ ਕਿਸਾਨ ਨੂੰ ਕੋਈ ਬਿਮਾਰੀ ਨਹੀਂ ਸੀ, ਸਿੰਥੈਟਿਕ ਡਰੱਗ ਨਹੀਂ ਸੀ ਵਿਕਦੀ,
ਤੁਸੀਂ ਲੋਕਾਂ ਨੂੰ ਨਸ਼ਿਆਂ ਦੇ ਨਾਲ ਮੈਨੂੰ ਅੱਜ ਗਿਣਤੀ ਕਰਵਾਓ ਕਿੰਨੇ ਬੰਦੇ ਮਰੇ ਕਿੰਨੇ ਬੰਦੇ ਰੋਜ਼ ਮਰਦੇ ਹੈ ਆਹ ਟੀਕੇ ਲਾ ਲਾ ਕੇ ਕਿਹੜਾ ਤੁਹਾਨੂੰ ਸਿੰਥੈਟਿਕ ਡਰੱਗ ਤੁਹਾਨੂੰ ਚੈੱਕ ਕਰਕੇ ਮਿਲ ਰਹੀ ਹੈ ਦੁਕਾਨ 'ਤੇ ਜਦੋਂ ਦੁਕਾਨ 'ਤੇ ਫੀਮ ਡਾਕਟਰਾਂ ਦੇ ਕੋਲੋਂ ਲੈ ਕੇ ਜਾਂਦੇ ਸੀ ਮੇਰੇ ਕੋਲ ਇੱਕ ਡਾਇਰੀ ਮੇਨਟੇਨ ਕੀਤੀ ਗਈ ਸੀ ਜਿਸ ਫੀਮ ਅਸੀਂ ਦਿੰਦੇ ਸੀ ਤਾਂ ਬੰਦਾ ਬਿਮਾਰ ਨਹੀਂ ਸੀ ਉਹ ਡਰੇ ਹੋਏ ਉਹਨਾਂ ਕੋਲ ਕੈਂਡੀਡੇਟ ਹੈ ਨਹੀਂ ਦੇਖੋ ਉਹ ਤਾਂ ਆਪ ਦਾ ਤਾਂ ਵੇਵ ਹੋਈ ਹੁਣ ਕੈਂਡੀਡੇਟ ਤਾਂ ਮੇਰੀ ਲੱਭ ਰਹੇ ਹੈ ਰਾਤਾਂ ਨੂੰ ਇਹਨਾਂ ਦੇ ਘਰਾਂ ਪਹੁੰਚ ਜਾਂਦੇ ਹੈ ਮੈਡਮ ਜੀ ਤੁਸੀਂ ਲੜ ਲਓ ਮੈਡਮ ਜੀ ਤੁਸੀਂ ਲੜ ਲਓ ਉਹ ਸਾਰੇ ਮੇਰੇ ਕਾਉਂਸਲਰਸ ਦੇ ਘਰੇ ਰੋਜ਼ ਪਹੁੰਚੇ ਹੁੰਦੇ ਹੈ ਵੀ ਤੁਸੀਂ ਨਹੀਂ ਲੜ ਰਹੇ ਤਾਂ ਉਹ ਲੜ ਲਓ ਬਿਕੋਜ਼ ਕੈਂਡੀਡੇਟ ਹੈ ਦੇਖੋ ਉਦੋਂ ਤਾਂ ਨੇਰੀ ਸੀ ਪਰ ਹੁਣ ਨਹੀਂ ਉਹ ਚੱਲਣਾ ਮੇਰੇ ਸਾਰੇ ਕਾਉਂਸਲਰਸ ਜਿੱਤ ਗਏ ਨਹੀਂ ਉਹ ਗਲਤ ਗੱਲ ਹੈ ਪਤਾ ਕੀ ਹੈ ਇੰਨੀ ਸੀਨੀਅਰ ਪੋਜੀਸ਼ਨ ਨੂੰ ਮਿਸਯੂਜ਼ ਕਰਨਾ ਬਹੁਤ ਬੁਰੀ ਗੱਲ ਹੈ ਗਵਰਨਰ ਦੀ ਇਮੇਜ ਨੂੰ ਰਿਸਪੈਕਟ ਕਰਨਾ ਚਾਹੀਦਾ ਕੋਈ ਵੀ ਸੀਐਮ ਨੂੰ ਇਹ ਰਾਈਟ ਨਹੀਂ ਹੈ ਕਿ ਇੰਨਾ ਲੂਜ਼ਲੀ ਗਵਰਨਰ ਬਾਰੇ ਬੋਲੇ ਹੈ ਨਾ ਕਦੇ ਨਹੀਂ ਬੋਲਣਾ ਚਾਹੀਦਾ ਤੁਸੀਂ ਆਪਸ ਬੈਠ ਕੇ ਸੁਲਝੋ ਆਪਸ ਬੈਠ ਕੇ ਸੁਲਝਾਓ ਤੁਸੀਂ ਕਿਤੇ ਵੀ ਜਾ ਰਹੇ ਹੋ ਮਤਲਬ ਇਹਦੇ ਨਾਲ ਪੋਲਿਟਿਕਸ ਦਾ ਲੈਵਲ ਇੰਨਾ ਗਿਰ ਜਾਂਦਾ ਹੈ ਕਿ ਬੱਚੇ ਨਫ਼ਰਤ ਕਰਨ ਲੱਗ ਜਾਣਗੇ ਜੇ ਸਾਡੀ ਫਿਊਚਰ ਜਨਰੇਸ਼ਨਸ ਨੇ ਪੋਲਿਟਿਕਸ ਤੋਂ ਨਫ਼ਰਤ ਕਰ ਲਈ ਤਾਂ ਫਿਰ ਆਉਣ ਵਾਲੇ ਟਾਈਮ 'ਚ ਕੋਈ ਵੀ ਚੰਗਾ ਬੰਦਾ ਪੋਲਿਟਿਕਸ 'ਚ ਪੜ੍ਹਿਆ ਲਿਖਿਆ ਨਹੀਂ ਆਊਗਾ ਮੈਨੂੰ ਇਹ ਨਹੀਂ ਪਤਾ ਕਿ ਪਾਰਟੀ ਉਹਦੀ ਕੀ ਡਿਊਟੀ ਲਗਾਊਗੀ ਪਰ ਜੇ ਸਾਡਾ ਕੋਲੀਸ਼ਨ ਹੋਊਗਾ 13 'ਚੋਂ ਅਸੀਂ 12 ਸੀਟਾਂ ਤਾਂ ਪੱਕੀਆਂ ਜਿੱਤਾਂਗੇ